ਗੁੱਡ ਮਾਰਨਿੰਗ ਐਵਰੀਬਡੀ, ਕਿਵੇਂ ਤੁਸੀਂ ਸਾਰੇ ਨੇ। ਮੈਂ ਹਾਂ ਅਮਿਤ ਅਤੇ ਸਭ ਦਾ ਪਾਠਸ਼ਾਲਾ 'ਤੇ ਬਹੁਤ ਬਹੁਤ ਸਵਾਗਤ ਕਰਦਾ। ਸੋ ਅੱਜ ਹੈਗੇ ਨੇ 20 ਜੂਨ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰਸ, ਤੁਹਾਡੇ ਸਾਰਿਆਂ ਵਾਸਤੇ ਬੜੇ ਇੰਟਰਸਟਿੰਗ ਨੇ, ਧਿਆਨ ਨਾਲ ਸੁਣਿਓ, ਐਂਡ ਤੱਕ ਬਣੇ ਰਹੋ। ਅਤੇ ਜੇ ਅਗਰ ਪਹਿਲੀ ਵਾਰੀ ਚੈਨਲ ਕਰ ਲਓ ਸਬਸਕ੍ਰਾਈਬ, ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ, ਕਿਉਂਕਿ ਰੋਜ਼ ਸਵੇਰੇ 7 ਵਜੇ ਮੋਰਨਿੰਗ ਉੱਠਦੇ ਤੁਹਾਨੂੰ ਮੇਰੇ ਕਰੰਟ ਅਫੇਅਰਸ ਮਿਲ ਜਾਇਆ ਕਰਨਗੇ। MCQ ਵੀ ਹੋਇਆ ਕਰਨਗੇ, ਕੁਐਸਚਨ ਆਫ ਦਾ ਡੇ ਵੀ ਹੋਇਆ ਕਰੂਗਾ, ਡਾਇਗਰਾਮ ਦੇ ਨਾਲ ਆਪਾਂ ਸਮਝਿਆ ਕਰਾਂਗੇ, ਕੁਛ ਪਰਸਨੈਲਿਟੀਜ਼ ਨੂੰ ਦੇਖਿਆ ਕਰਾਂਗੇ, ਪਿਕਚਰਾਈਜ਼ ਦੀ ਫੋਰਮ ਦੇ ਵਿੱਚ ਤੁਹਾਨੂੰ ਮਾਇੰਡ ਦੇ ਵਿੱਚ ਪੈ ਜਾ ਕਰਨਗੇ ਕੁਐਸਚਨ। ਸੋ ਬੜੇ ਨਵੇਂ ਤਰੀਕੇ ਨਾਲ ਮੈਂ ਕੁਐਸਚਨ ਕਰਵਾਉਣਾ ਪੰਜਾਬੀ ਅਤੇ ਇੰਗਲਿਸ਼ ਮੀਡੀਅਮ ਦੇ ਵਿੱਚ। ਸਟਾਰਟ ਕਰਦੇ ਹਾਂ ਅੱਜ ਦੇ ਸਭ ਤੋਂ ਪਹਿਲਾਂ ਕੰਸੈਪਟ ਜਿਹੜਾ ਆਪਣਾ ਹਮੇਸ਼ਾ ਹੁੰਦਾ, ਗੁੱਡ ਮਾਰਨਿੰਗ ਦਾ ਕੋਟ। ਸੋ ਮੋਰਨਿੰਗ ਕਮਸ ਵੈਦਰ ਯੂ ਸੈੱਟ ਦਾ ਅਲਾਰਮ ਔਰ ਨੋਟ। ਕਹਿੰਦਾ ਜੀ ਮੋਰਨਿੰਗ ਨੇ ਤਾਂ ਆ ਹੀ ਜਾਣਾ, ਚਾਹੇ ਤੁਸੀਂ ਅਲਾਰਮ ਨੂੰ ਸੈੱਟ ਕਰੋ ਚਾਹੇ ਨਾ ਸੈੱਟ ਕਰੋ, ਠੀਕ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਜੋ ਸਮਾਂ ਹੈ ਨਾ ਉਹ ਆਪਣੇ ਆਪ ਚੱਲੀ ਜਾਊਗਾ, ਤੁਸੀਂ ਸਮੇਂ ਦੀ ਵੇਟ ਨਹੀਂ ਕਰਨੀ ਕਿ ਆ ਸਮਾਂ ਆਉਣ 'ਤੇ ਆਹ ਚੀਜ਼ ਕਰ ਲਵਾਂਗੇ, ਆ ਸਮਾਂ ਆਉਣ 'ਤੇ ਆਹ ਚੀਜ਼ ਕਰ ਲਵਾਂਗੇ, ਤੁਸੀਂ ਆਪਣਾ ਕਰਦੇ ਰਹਿਣਾ। ਬਹੁਤ ਸਾਰੇ ਬੱਚੇ ਨੇ ਨਾ ਕਰਦੇ ਨੇ, ਸਰ ਜੀ ਅਸੀਂ ਇਗਜ਼ਾਮ ਦੀ ਤਿਆਰੀ ਕਰਨੀ ਆ। ਸੋ ਇਗਜ਼ਾਮ ਦੀ ਤਿਆਰੀ ਹੈ ਜਿਹੜੀ ਜਦੋਂ ਅਸੀਂ ਫੋਰਮ ਫਿਲ ਕਰਾਂਗੇ ਅਸੀਂ ਉਦੋਂ ਕਰਾਂਗੇ। ਰੋਂਗ, ਬਹੁਤ ਰੋਂਗ ਕਹਿ ਰਹੇ ਨੇ ਉਹ ਬੱਚੇ ਵੀ ਅਤੇ ਉਹਨਾਂ ਨੂੰ ਪੜ੍ਹਾਉਣ ਵਾਲੇ ਟੀਚਰਸ ਵੀ ਨੋਟੀਫਿਕੇਸ਼ਨ ਆਇਆ ਅਤੇ ਨਾਲ ਦੀ ਨਾਲ ਤਿਆਰੀ ਕਰੋ। ਮੈਂ ਕਹਿੰਦਾ ਉਹ ਸਮਝਾਉਂਦੇ ਨੇ ਆਪਣੇ ਸਟੂਡੈਂਟਸ ਨੂੰ, ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਫੋਰਮ ਭਰਨ ਤੋਂ ਪਹਿਲਾਂ ਹੀ ਤੁਹਾਨੂੰ ਆਪਣੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਕਰ ਦੇਣੀ ਚਾਹੀਦੀ ਹੈ। ਤਾਂ ਸਮਾਂ ਜਿਹੜਾ ਕਿਸੇ ਵਾਸਤੇ ਨਹੀਂ ਰਹਿੰਦਾ, ਇਹ ਬੜਾ ਇੰਪੋਰਟੈਂਟ ਪੁਆਇੰਟ ਹੈ, ਤੁਹਾਨੂੰ ਸਭ ਨੂੰ ਸਮਝਣੀ ਪੈਣਾ, ਕੌੜਾ ਸੱਚ ਹੈ, ਠੀਕ ਹੈ ਜੀ। ਚਲੋ, ਸੋ ਡਿਸਕਸ਼ਨ ਆਫ ਦਾ ਲਾਸਟ ਡੇ ਕੁਐਸਚਨ ਦੇ ਵਿੱਚ ਆਪਾਂ ਕਰ ਰਿਹਾ ਸੀ ਡਿਸਕਸ ਵਿਚ ਸਟੇਟ ਗੌਰਮੈਂਟ ਰੀਸੈਂਟਲੀ ਲਾਂਚ ਦਾ ਮਿਸ਼ਨ ਨਿਸ਼ਚੈ। ਮਿਸ਼ਨ ਨਿਸ਼ਚੈ ਜਿਹੜਾ ਉਹ ਕਿਹੜੀ ਸਟੇਟ ਦੀ ਗੌਰਮੈਂਟ ਨੇ ਲਾਂਚ ਕੀਤਾ, ਬੜਾ ਹੀ ਇੰਪੋਰਟੈਂਟ ਸੀਗਾ ਪੰਜਾਬ ਪੁਲਿਸ ਵਾਸਤੇ, ਕਿਉਂਕਿ ਇਹ ਕੀਤਾ ਜੀ ਸਾਡੀ ਪੰਜਾਬ ਪੁਲਿਸ ਨੇ, ਸਾਡੇ ਪੰਜਾਬ ਦੀ ਪੁਲਿਸ ਨੇ ਇਹ ਸ਼ੁਰੂ ਕੀਤਾ ਜੀ BSF ਦੇ ਨਾਲ ਲਗਾ ਕੇ, ਠੀਕ ਹੈ। ਸੋ BSF ਉਹਨਾਂ ਨਾਲ ਲੱਗ ਕੇ ਇਹਨਾਂ ਨੇ ਮਿਸ਼ਨ ਨਿਸ਼ਚੈ ਸ਼ੁਰੂ ਕੀਤਾ, ਤਾਂ ਕਿ 1 ਵੀਕ ਐਂਟੀ ਡਰੱਗ ਕੈਂਪੇਨ ਹੈ, ਇੱਕ ਹਫ਼ਤੇ ਦਾ ਸੀਗਾ ਜੋ ਕਿ 15 ਜੂਨ ਤੋਂ 21 ਜੂਨ ਤੱਕ ਚੱਲੇਗਾ। ਤਾਂ ਇਹ ਫਾਜ਼ਿਲਕਾ ਦੇ ਡਿਸਟ੍ਰਿਕਟ 'ਤੇ ਸਟਾਰਟ ਕੀਤਾ ਗਿਆ, ਜਿਹਦੇ ਵਿੱਚ 42 ਪਿੰਡ ਆਉਂਦੇ ਨੇ। ਤਾਂ ਉਹਦੇ ਵਿੱਚ ਜਿਹੜੇ ਕਿ ਇੰਡੀਅਨ ਪਾਕਿਸਤਾਨ ਦੀ ਬਾਰਡਰ ਦੇ ਉੱਤੇ ਲੱਗਦੇ ਨੇ, ਤਾਂ ਉੱਥੇ ਡਿਮਾਂਡ ਕੀ ਹੈ, ਸਪਲਾਈ ਕੀ ਹੈ, ਸੋ ਇਸ ਚੀਜ਼ ਨੂੰ ਦੇਖਿਆ ਜਾ ਰਿਹਾ, ਇਨੀਸ਼ੀਏਟ ਲਿਆ ਜਾ ਰਿਹਾ, ਤਾਂ ਕਿ ਜਿਹੜੇ ਲੋਕ ਨੇ ਬਹੁਤ ਜ਼ਿਆਦਾ ਨਸ਼ੇ ਕਰਦੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਨਸ਼ੇ ਕਰਨ ਤੋਂ, ਅਤੇ ਜਿਹੜੇ ਵੇਚਦੇ ਨੇ ਮੇਨਲੀ ਫੋਕਸ ਉਹਨਾਂ 'ਤੇ ਕਰਿਆ ਜਾਵੇ, ਠੀਕ ਹੈ। ਤਾਂ ਸਾਡਾ ਜਿਹੜਾ ਯੂਥ ਹੈ, ਸਾਡੀਆਂ ਜਿਹੜੀਆਂ ਲੇਡੀਜ਼ ਨੇ ਉਹ ਇਹਨਾਂ ਦਾ ਸ਼ਿਕਾਰ ਨਾ ਹੋਣ। ਤਾਂ ਬਹੁਤ ਵਧੀਆ ਗੱਲ ਸੀ, ਆਨਸਰ ਇਹ ਸੀਗਾ ਜੀ, ਇਹਦਾ ਮਿਸ਼ਨ ਨਿਸ਼ਚੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਸੇ ਨਾ ਕਿਸੇ ਇਗਜ਼ਾਮ 'ਚ ਜ਼ਰੂਰ ਦਿਖ ਜੂਗਾ, ਠੀਕ ਹੈ। ਸੋ ਅਗਲਾ ਕੁਐਸਚਨ ਆ ਗਿਆ ਬੈਸਟ ਆਨਸਰ ਦੇ ਵਿੱਚ, ਅੰਮ੍ਰਿਤਪਾਲ ਕੌਰ ਨੇ ਆਨਸਰ ਦਿੱਤਾ ਜੀ, ਵੈਰੀ ਗੁੱਡ ਕਾਜਲ, ਵੈਰੀ ਗੁੱਡ ਸੰਦੀਪ, ਵੈਰੀ ਗੁੱਡ ਜਸ਼ਨ, ਵੈਰੀ ਗੁੱਡ ਐਂਡ ਮਨਪ੍ਰੀਤ ਕੌਰ ਜੀ, ਵੈਰੀ ਗੁੱਡ। ਚਲੋ, ਸੋ ਥੈਂਕ ਯੂ ਸੋ ਮਚ। ਅੱਗੇ ਗੱਲ ਕਰਦੇ ਹਾਂ ਇੰਟਰਨੈਸ਼ਨਲ ਡੇ ਫੋਰ ਦਾ ਇਲੀਮੀਨੇਸ਼ਨ ਆਫ ਸੈਕਸ਼ੁਅਲ ਵਾਇਲੈਂਸ ਇਨ ਦਾ ਕਨਫਲਿਕਟ 2024। ਕਹਿੰਦੇ ਜੀ 2024 ਦੇ ਵਿੱਚ ਆਪਾਂ ਇੱਕ ਡੇ ਸੈਲੀਬ੍ਰੇਟ ਕਰ ਰਹੇ ਹਾਂ, ਡੇ ਨੂੰ ਆਪਾਂ ਦਿਨ ਮੰਨਦੇ ਹਾਂ ਸੈਕਸ਼ੁਅਲ ਵਾਇਲੈਂਸ ਇਨ ਦਾ ਕੰਟਰੀ। ਜਦੋਂ ਵੀ ਕੋਈ ਵਾਰਡਸ, ਜਦੋਂ ਵੀ ਕੋਈ ਕਨਫਲਿਕਟਸ ਹੁੰਦੇ ਨੇ, ਤਾਂ ਉਹਦੇ ਰਿਗਾਰਡਿੰਗ ਕਾਫੀ ਸਾਰੀਆਂ ਲੇਡੀਜ਼ ਨੇ ਜਿਨ੍ਹਾਂ ਦਾ ਸ਼ੋਸ਼ਣ ਹੁੰਦਾ, ਠੀਕ ਹੈ। ਸਿੰਪਲ ਜੀ ਗੱਲ ਹੈ, ਜਦੋਂ ਵੀ ਕੋਈ ਵਾਰ ਹੈ ਤਾਂ ਉਹਨਾਂ ਨੇ ਧੱਕਾ ਕਰਨਾ, ਤਾਂ ਉਹਨਾਂ ਨੂੰ ਪਤਾ ਕਿ ਜਿਵੇਂ ਮੰਨ ਕੇ ਚਲੋ ਇੱਕ ਗੁੰਡਾਗਰਦੀ ਚੱਲ ਰਹੀ ਹੈ ਕਿਸੇ ਜਗ੍ਹਾ ਦੇ ਉੱਤੇ, ਹੈ ਨਾ। ਸੋ ਗੁੰਡਾਗਰਦੀ ਚੱਲ ਰਹੀ ਹੈ ਤਾਂ ਉਹਨਾਂ ਨੇ ਚੱਲਣਾ ਵੀ, ਸਾਡੇ ਅਸੀਂ ਸਰਕਾਰ ਦੀ ਨਹੀਂ ਸੁਣ ਰਹੇ, ਅਸੀਂ ਪੁਲਿਸ ਦੀ ਨਹੀਂ ਸੁਣ ਰਹੇ, ਅਸੀਂ ਡਿਫੈਂਸ ਦੀ ਨਹੀਂ ਸੁਣ ਰਹੇ, ਤਾਂ ਕੁਛ ਮਰਜ਼ੀ ਕਰ ਸਕਦੇ ਆ, ਤਾਂ ਉਹਨਾਂ ਨੇ ਚੱਕ ਕੇ ਕੁਛ ਮਰਜ਼ੀ ਕਰ ਦੇਣਾ, ਟੈਰਰਿਜ਼ਮ ਕਹਿ ਲਓ ਜਾਂ ਕੁਛ ਮਰਜ਼ੀ, ਹੈ ਨਾ, ਤਾਂ ਵਾਰਡਸ ਕਹਿ ਲਓ। ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਸੈਕਸ਼ੁਅਲ ਵਾਇਲੈਂਸ ਹੈ ਉਹਨਾਂ ਦੇ ਅਗੇਂਸਟ ਡਿਊਰਿੰਗ ਵਾਰ ਜਾਂ ਕਨਫਲਿਕਟ ਜਦੋਂ ਹੁੰਦਾ ਵਰਲਡ ਵਾਈਡ, ਇੱਕ ਦਿਨ ਰੱਖਿਆ ਗਿਆ ਜਿਹਨੂੰ ਆਪਾਂ 19 ਜੂਨ
ਦਾ ਦਿਨ ਆਪਾਂ ਹਰ ਸਾਲ ਵਾਸਤੇ ਰੱਖ ਰੱਖਿਆ, ਇੰਟਰਨੈਸ਼ਨਲੀ ਤੌਰ ਦੇ ਉੱਤੇ ਇਹ ਮਨਾਉਂਦੇ ਹਾਂ। 19 June 2015 ਨੂੰ ਇਹ ਚੀਜ਼ ਘੋਸ਼ਿਤ ਕਰ ਦਿੱਤੀ ਗਈ ਸੀ, ਡਿਕਲੇਅਰ ਕਰ ਦਿੱਤਾ ਗਿਆ ਸੀਗਾ ਕਿ ਅਸੀਂ ਇਸ ਦਿਨ ਨੂੰ ਆਪਾਂ ਸੈਲੀਬ੍ਰੇਟ ਕਰਾਂਗੇ, ਮਤਲਬ ਐਜ਼ ਅ ਰੈਜ਼ੋਲਿਊਸ਼ਨ ਪਾਸ ਹੋਇਆ ਸੀ, ਇਸ ਦਿਨ ਨੂੰ ਯਾਦ ਤਰੀਕੇ ਨਾਲ ਮਨਾਇਆ ਜਾਊਗਾ। ਜਿਨਸੀ ਹਿੰਸਾ ਨੂੰ ਯੁੱਧ ਦੀ ਰਣਨੀਤੀ ਅਤੇ ਸ਼ਾਂਤੀ ਬਣਾਉਣ ਵਿੱਚ ਰੁਕਾਵਟ ਵਜੋਂ ਨਿੰਦਾ ਕੀਤੀ ਗਈ ਸੀ, ਠੀਕ ਹੈ ਜੀ। ਅਗਲਾ ਵੈਰੀ ਇੰਪੋਰਟੈਂਟ, ਇੰਟਰਨੈਸ਼ਨਲ ਡੇ ਆਫ ਯੋਗਾ। ਸੋ ਇੰਟਰਨੈਸ਼ਨਲ ਡੇ ਤਾਂ ਹਜੇ ਆਇਆ ਨਹੀਂ ਕਿਉਂਕਿ ਉਹ ਤਾਂ 21 June ਨੂੰ ਹੁੰਦਾ, ਲੇਕਿਨ ਉਹਦੇ ਰਿਲੇਟਡ 10th ਜਿਹੜਾ ਇੰਟਰਨੈਸ਼ਨਲ ਯੋਗਾ ਦਿਵਸ ਹੈ 2024 ਇਹ ਸ਼੍ਰੀਨਗਰ ਵਿੱਚ ਆਯੋਜਿਤ ਕੀਤਾ ਜਾਏਗਾ, ਇਹ ਨਿਊਜ਼ ਹੈ, ਠੀਕ ਹੈ। ਇਹ ਸ਼੍ਰੀਨਗਰ ਦੇ ਵਿੱਚ ਹੋਊਗਾ, ਇਹ ਆਪਣੇ ਮੋਦੀ ਸਾਹਿਬ ਇਹ ਐਵੇਂ ਬੈਠੇ ਨਹੀਂ ਗੇ, ਇਹ ਬੈਠਣਗੇ, ਠੀਕ ਹੈ। ਇੱਕ ਹਜੇ ਨਿਊਜ਼ ਆ, ਰਾਈਟ। ਸੋ ਇਹ ਔਰਗਨਾਈਜ਼ ਹੋਊਗਾ ਸ਼੍ਰੀਨਗਰ ਦੇ ਵਿੱਚ, ਇਹ ਇੰਪੋਰਟੈਂਟ ਹੈ ਤੁਹਾਡੇ ਲਈ। ਯੋਗਾ ਦਾ ਥੀਮ ਕੀ ਇੰਪੋਰਟੈਂਟ ਹੈ, ਇੰਟਰਨੈਸ਼ਨਲ ਡੇ ਫੋਰ ਯੋਗਾ ਦੀ ਥੀਮ ਹੈਗੀ ਹੈ ਯੋਗਾ ਫੋਰ ਸੈਲਫ ਐਂਡ ਸੁਸਾਇਟੀ, ਆਪਣੇ ਵਾਸਤੇ, ਸਾਡੀ ਸੁਸਾਇਟੀ ਵਾਸਤੇ। ਸਿੱਧੀ ਜਿਹੀ ਗੱਲ ਹੈ ਜੀ, ਨਾ ਤਾਂ ਪੈਸੇ ਕੰਮ ਆਉਂਦੇ, ਨਾ ਤੁਹਾਡੇ ਰਿਸ਼ਤੇਦਾਰ ਕੰਮ ਆਉਂਦੇ, ਸਿੱਧੀ ਜਿਹੀ ਗੱਲ ਹੈ ਆਪਾਂ ਆਪਣੀ ਸੁਸਾਇਟੀ ਵਾਸਤੇ ਕੰਮ ਆਉਂਦੇ ਹਾਂ, ਸਿੱਧੀ ਜਿਹੀ ਗੱਲ ਇਹੀ ਹੈ। ਕਿਉਂਕਿ ਇਹਦੇ ਰਿਲੇਟਡ ਨਾ ਜਿਵੇਂ ਹੁਣ ਸਪੋਜ਼ ਕਰੋ, ਕਾਫੀ ਲੋਕ ਕਹਿ ਰਹੇ ਨੇ ਕਿ ਅਸੀਂ ਬ੍ਰਿਕਸ਼ ਲਗਾਉਣੇ ਨੇ, ਦਰਖਤ ਲਗਾਉਣੇ, ਲੇਕਿਨ ਦਰਖਤ ਕੋਈ ਲਗਾਉਂਦਾ ਨਹੀਂ। ਲੇਕਿਨ ਇੱਕ ਚੀਜ਼ ਸੋਚ ਲਓ, ਅਗਰ ਤੁਸੀਂ ਖੁਦ ਇੱਕ ਬ੍ਰਿਕਸ਼ ਲਗਾ ਰਹੇ ਹੋ ਤਾਂ ਇਹਦੇ ਨਾਲ ਕਾਫੀ ਜਣਾਂ ਦਾ ਫਾਇਦਾ ਹੋ ਰਿਹਾ, ਤਾਂ ਖੁਦ ਵਾਸਤੇ ਵੀ ਹੈ, ਸੁਸਾਇਟੀ ਵਾਸਤੇ। ਅਤੇ ਉਹੀ ਕੰਮ ਕੀ ਹੈ ਇੰਟਰਨੈਸ਼ਨਲ ਡੇ ਆਫ ਯੋਗਾ, ਆਪਾਂ ਆਪਣੇ ਵਾਸਤੇ ਵੀ ਸਹੀ ਰਹਾਂਗੇ ਅਤੇ ਲੋਕਾਂ ਵਾਸਤੇ ਵੀ ਆਪਾਂ ਸਹੀ ਰਹਾਂਗੇ। ਅਤੇ 10 ਪਿੱਛੇ ਹੋ ਗਏ ਜੀ ਇਸ ਚੀਜ਼ ਨੂੰ ਬਣਾਉਂਦੇ ਹੋਏ। 2015 ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, ਰਿਕਾਰਡ ਬਣਾਇਆ ਸੀਗਾ, 35,985 ਇੰਡੀਅਨਸ ਨੇ ਪਰਫੋਰਮ ਕੀਤਾ ਸੀ ਯੋਗਾ ਰਾਜਪਾਤ ਦੇ ਉੱਤੇ, ਠੀਕ ਹੈ, 2015 ਦੇ ਵਿੱਚ। ਅਤੇ ਆਯੂਸ਼ ਦੀ ਮਿਨਿਸਟਰੀ ਨੇ ਇਹ ਲਾਂਚ ਕੀਤਾ, ਕਾਮਨ ਯੋਗਾ ਪ੍ਰੋਟੋਕਾਲ ਬੁੱਕ ਇਨ ਬ੍ਰੈਲੇ ਸਿਸਟਮ। ਸੋ ਬ੍ਰੈਲੇ ਸਿਸਟਮ ਹੁੰਦਾ ਹੈ ਉਹ ਜਿਹੜੇ ਲੋਕ ਦੇਖ ਨਹੀਂ ਸਕਦੇ, ਹੈ ਨਾ, ਵਿਜੂਅਲੀ ਇੰਪੇਅਰਡ ਨੇ, ਠੀਕ ਹੈ, ਤਾਂ ਉਹ ਇੱਕ ਇਸ ਚੀਜ਼ ਨੂੰ ਪ੍ਰੈਕਟਿਸ ਕਰ ਸਕਣ, ਇਹ ਬੁੱਕ ਦੇ ਵਿੱਚ ਸਭ ਸਮਝਾਇਆ ਹੋਇਆ। ਸੋ ਪ੍ਰਤਾਪ ਰਾਓ ਜਿਹੜੇ ਯਾਦਵ ਨੇ, ਇਹ ਯੂਨੀਅਨ ਮਿਨਿਸਟਰ ਆਫ ਸਟੇਟ ਨੇ ਇਹ ਆਯੂਸ਼ ਵਾਸਤੇ। ਸੋ ਸਾਰਿਆਂ ਨੇ ਆਯੂਸ਼ ਦੀ ਫੁੱਲ ਫਾਰਮ ਜ਼ਰੂਰ ਦੱਸਣੀ ਹੈ ਕਮੈਂਟ ਸੈਕਸ਼ਨ 'ਚ, ਠੀਕ ਹੈ। ਇਹ ਤੁਹਾਡਾ ਪਹਿਲਾ ਕੁਸ਼ਚਨ ਆ ਗਿਆ। ਈ ਯੂ ਯੂਰੋਪੀਅਨ ਯੂਨੀਅਨ ਇਨਵਾਇਰਮੈਂਟ ਮਿਨਿਸਟਰ ਨੇ ਅਪਰੂਵ ਕੀਤਾ ਲੈਂਡਮਾਰਕ ਨੈਚਰ ਰਿਸੋਰਸਟੇਸ਼ਨ ਲਾਅ। ਤਾਂ ਕਹਿਣ ਦਾ ਮਤਲਬ ਕੀ ਹੈ, ਯੂਰੋਪੀਆ ਦੀ ਜਿਹੜੀ ਯੂਰੋਪੀਅਨ ਦੀ ਯੂਨੀਅਨ ਹੈ, ਉਹਨਾਂ ਨੇ ਵਾਤਾਵਰਨ ਮੰਤਰੀਆਂ ਨੇ ਕੀ ਕਰਿਆ ਜੀ, ਕੁਦਰਤ ਦੀ ਬਹਾਲੀ ਦੇ ਕਾਨੂੰਨ ਨੂੰ ਪ੍ਰਵਾਨ ਕੀਤਾ। ਸਿੰਪਲ ਜੀ ਗੱਲ ਹੈ ਜੀ, ਸਾਰੇ ਪਾਸੇ ਕੁਦਰਤ ਹੋ ਰਹੀ ਹੈ ਹੁਣ। ਦੇਖੋ ਜੀ, ਕੁਦਰਤ ਦੇ ਨਜ਼ਾਰੇ ਬਹੁਤ ਨੇ, ਆਪਾਂ ਹਰੇਕ ਚੀਜ਼ ਨੂੰ ਖਰਾਬ ਕਰ ਰਹੇ ਹਾਂ, ਲੇਕਿਨ ਫਿਰ ਬਾਅਦ ਦੇ ਵਿੱਚ ਉਹ ਸਾਨੂੰ ਜਦੋਂ ਖਰਾਬ ਕਰਦੀਆਂ ਤਾਂ ਫਿਰ ਯਾਦ ਆਉਂਦੀ ਹੈ ਵੀ ਨਾਨੀ, ਸਮਝ ਆ ਗਈ ਗੱਲ। ਤਾਂ ਯੂਰੋਪੀਅਨ ਯੂਨੀਅਨ ਦੇ ਵਾਤਾਵਰਨ ਮੰਤਰੀਆਂ ਨੇ ਹੁਣ ਕੁਦਰਤ ਦੀ ਬਹਾਲੀ ਦੇ ਕਾਨੂੰਨ ਨੂੰ ਪ੍ਰਵਾਨਗੀ ਦਿੱਤੀ ਹੈ, ਇੱਕ ਲਾਅ ਕਾਨੂੰਨ ਬਣਾਇਆ ਜੀ, ਜਿਹਦੇ ਵਿੱਚ 20 ਮੈਂਬਰ ਸਟੇਟਸ ਜਿਹੜੇ ਇਹਨਾਂ ਫੇਵਰ ਕੀਤਾ, 66% ਯੂ ਦੀਆਂ ਪਾਪੂਲੇਸ਼ਨ ਨੇ ਵੀ ਉਸ ਚੀਜ਼ ਨੂੰ ਫੇਵਰ ਕੀਤਾ, ਠੀਕ ਹੈ। ਸੋ ਇਹਦੇ ਵਿੱਚ ਕੀ ਹੋਊਗਾ, 2030 ਤੱਕ ਉਹ ਕਹਿਣਗੇ ਜੀ ਈਯੂ ਦੀ ਲੈਂਡ ਅਤੇ ਸੀ ਏਰੀਆਜ਼ ਨੂੰ ਰੀਫੋਰੈਸਟੇਸ਼ਨ ਕੀਤੀ ਹੋਊਗੀ, ਮਤਲਬ ਰੁੱਖ ਲਗਾਏ ਜਾਣਗੇ ਜ਼ਿਆਦਾ ਤੋਂ ਜ਼ਿਆਦਾ ਵਾਤਾਵਰਨ ਦਾ ਧਿਆਨ ਰੱਖਣ ਵਾਸਤੇ। ਅਤੇ 2050 ਤੱਕ ਓਵਰਆਲ ਜਿਹੜੀ ਰੀਸਟ੍ਰੇਸ਼ਨ ਆ, ਨੀਡਿੰਗ ਰੀਸਟੋਰੇਸ਼ਨ ਹੈ ਹਰ ਇੱਕ ਈਕੋਸਿਸਟਮ ਦੀ, ਉਹ ਕਰੀ ਜਾਊਗੀ। ਇਹ 2050 ਤੱਕ ਦਾ ਕਹਿਣਾ ਈਯੂ ਦਾ, ਠੀਕ ਹੈ। ਵਿਦ 80% ਆਫ ਈਯੂ ਹੈਬਿਟੇਟ ਇਨ ਪੂਅਰ ਕੰਡੀਸ਼ਨ ਐਂਡ ਸਿਗਨੀਫੀਕੈਂਟ ਥ੍ਰੈਟਸ, ਦਾ ਲਾਅ ਐਡਰੈਸਿਸ ਕ੍ਰਿਟੀਕਲ ਇਨਵਾਇਰਮੈਂਟ ਡਿਗ੍ਰੇਡੇਸ਼ਨ ਈਸ਼ੂ। ਤਾਂ ਇਹਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਕਵਰ ਹੋਣ ਵਾਲੀਆਂ ਨੇ, ਠੀਕ ਹੈ। ਨੈਕਸਟ ਆ ਗਿਆ ਗੁਹਾਟੀ ਹਾਈਕੋਰਟ। ਸੋ ਗੁਹਾਟੀ ਦੀ ਹਾਈਕੋਰਟ ਨੇ 2 ਮੋਰ ਪਰਮਾਨੈਂਟ ਜੱਜਸ ਨੇ ਜਿਹੜੇ ਉਹ ਸਥਾਈ ਰੂਪ ਦੇ ਉੱਤੇ ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ ਕਿ ਉਹ ਕੀ ਨੇ ਜੀ, ਜੱਜ ਹੋਣਗੇ ਪਰਮਾਨੈਂਟ, ਠੀਕ ਹੈ। ਸੋ ਗੁਹਾਟੀ ਦੀ ਹਾਈਕੋਰਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ, 2 ਪਰਸਨੈਲਿਟੀਜ਼ ਨੂੰ ਜਿਹੜੀਆਂ ਤੁਹਾਡੇ ਸਾਹਮਣੇ ਨੇ, ਲੇਡੀਜ਼ ਨੇ, ਵੂਮੈਨ ਨੇ, ਤਾਂ ਇਹਨਾਂ ਦਾ ਨਾਮ ਕੀ ਨੇ, ਇਹਨਾਂ ਦੇ ਨਾਮ ਹੈਗੇ ਨੇ ਜੀ ਸੁਸ਼ਮਿਤਾ ਫੁਲਨ ਕਰੌਦ ਅਤੇ ਮਿਥਾਲੀ ਠਾਕੁਰੀਆ। ਇਹਨਾਂ ਦੋਨਾਂ ਨੂੰ ਪਰਮਾਨੈਂਟ ਜੱਜ ਵਜੋਂ ਗੁਹਾਟੀ ਦੀ ਹਾਈਕੋਰਟ ਨੇ ਕੀ ਕੀਤਾ ਜੀ, ਅਪੁਆਇੰਟ ਕੀਤਾ ਗਿਆ
ਠੀਕ ਹੈ। ਅਤੇ ਇਹਨਾਂ ਦੇ ਜਿਹੜੇ ਮੇਨ ਹੈੱਡ ਹੋਣਗੇ ਉਹ ਕੌਣਗੇ, ਚੀਫ ਜਸਟਿਸ ਜਿਹੜੇ ਕਿ ਵਿਜੇ ਬਿਸ਼ਨੋਈ ਨੇ, ਇਹਨਾਂ ਨੇ ਇਹਨਾਂ ਦੀ ਓਥ ਨੂੰ ਐਡਮਿਨਿਸਟਰ ਕੀਤਾ, ਠੀਕ ਹੈ, ਸਹੁੰ ਚੁਕਾਈ ਹੈ। ਅਤੇ ਇਹਨਾਂ ਦੀ ਅਪੁਆਇੰਟਮੈਂਟ ਕਿਹਦੇ ਦੁਆਰਾ ਕੀਤੀ ਗਈ ਹੈ, ਇਹਨਾਂ ਦੀ ਅਪੁਆਇੰਟਮੈਂਟ ਕੀਤੀ ਗਈ ਹੈ ਜੀ ਪ੍ਰੈਜ਼ੀਡੈਂਟ ਸਾਹਿਬ ਦੁਆਰਾ, ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ, ਠੀਕ ਹੈ। ਸੋ ਜੱਜਸ ਨੂੰ ਕੌਣ ਅਪੁਆਇੰਟ ਕਰਦਾ, ਪ੍ਰੈਜ਼ੀਡੈਂਟ ਸਾਹਿਬ ਅਪੁਆਇੰਟ ਕਰਦੇ ਨੇ, ਉਹਨਾਂ ਨੂੰ ਓਥ ਕੌਣ ਦਵਾਉਂਦਾ, ਚੀਫ ਜਸਟਿਸ ਆਫ ਇੰਡੀਆ ਦਵਾ ਸਕਦੇ ਨੇ, ਠੀਕ ਹੈ। ਸੋ ਬੋਥ ਜਸਟਿਸ ਪ੍ਰੀਵੀਅਸਲੀ ਜਿਹੜੇ ਆਏ ਸੀਗੇ, ਸਭ ਤੋਂ ਪਹਿਲਾਂ ਇਹਨਾਂ ਨੇ ਅਡੀਸ਼ਨਲ ਜੱਜ ਵਜੋਂ ਆਪਣੀ ਸੇਵਾ ਜਿਹੜੀ ਹੈ ਉਹ ਨਿਭਾਈ ਹੈ ਗੁਹਾਟੀ ਹਾਈ ਕੋਰਟ ਦੇ ਵਿੱਚ, ਰਾਈਟ ਹੋ ਗਈ। ਅਤੇ ਇਸ ਤੋਂ ਬਾਅਦ ਹੁਣ ਇਹ ਇਸਦੀ ਜਿਹੜੀ ਸਟਰੈਂਥ ਹੈ ਉਹ ਹੋਰ ਵਧੀਆ ਕਰਨ ਵਾਲੇ, ਠੀਕ ਹੈ ਜੀ, ਨਾਮ ਦੋਨੋਂ ਯਾਦ ਰੱਖਣੇ। ਹੁਣ ਅਗਲਾ ਪੁਆਇੰਟ ਵੀ ਗ੍ਰੀਨ ਕਵਰ 'ਤੇ ਆ ਗਿਆ, ਕਹਿਣ ਦਾ ਮਤਲਬ ਕੀ 'ਤੇ ਆ ਗਿਆ ਜੀ, ਇਨਵਾਇਰਮੈਂਟ 'ਤੇ ਆ ਗਿਆ ਜੀ, ਇਨਵਾਇਰਮੈਂਟ। ਸੋ ਵਿਦ ਮਿਆਵਾਕੀ, ਇਹ ਬਹੁਤ ਇੰਪੋਰਟੈਂਟ ਨਾਮ ਹੈ, ਠੀਕ ਹੈ, ਇੱਕ ਟਰਮ ਹੈ ਤੋ ਜੋ ਯੂਜ਼ ਹੋਊਗੀ। ਮਿਆਵਾਕੀ ਜਿਹੜਾ ਪਲਾਂਟੇਸ਼ਨ ਹੈ ਉਹ ਹਾਈਵੇ ਦੇ ਨਾਲ ਨਾਲ ਸ਼ੁਰੂ ਚੱਲੂਗੀ, ਇਹਦਾ ਮਤਲਬ ਕੀ ਹੈ, ਕੁਛ ਇਸ ਤਰੀਕੇ ਦਾ ਇਨਵਾਇਰਮੈਂਟ ਦੇਖਣ ਨੂੰ ਮਿਲੇਗਾ ਜਦੋਂ ਗਰੋ ਹੋਊਗੇ ਬਹੁਤ ਸਾਰੇ ਪਲਾਂਟਸ। ਤਾਂ NHA, ਠੀਕ ਹੈ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇਨਹਾਂਸ ਕੀਤਾ ਕਿ ਗ੍ਰੀਨ ਕਵਰ ਕਰਾਂਗੇ ਜੀ ਅਸੀਂ ਮਿਆਵਾਕੀ ਪਲਾਂਟੇਸ਼ਨ ਕਰਾਂਗੇ। ਸੋ ਮਿਆਵਾਕੀ ਪਲਾਂਟੇਸ਼ਨ ਹੈ ਜਿਹੜੀ ਉਹ ਇੱਕ ਤੁਸੀਂ ਲੈ ਲਓ ਇੱਕ ਜੈਪਨੀਜ਼ ਟਰਮ ਹੈ, ਜੈਪਨੀਜ਼ ਅਪਰੋਚ ਆ, ਜਿਹਦੇ ਨਾਲ ਜਿਹੜੀਆਂ ਵੀ ਸੜਕਾਂ ਆਉਂਦੀਆਂ ਨੇ ਉਹਦੇ ਆਲੇ ਦੁਆਲੇ ਕੀ ਹੋਊਗਾ, ਫੋਰੈਸਟ ਏਰੀਆ ਹੋਊਗਾ। ਕਹਿਣ ਦਾ ਮਤਲਬ ਇਹੋ ਜਿਹਾ ਫੋਰੈਸਟ ਏਰੀਆ ਹੋਊਗਾ ਜਿੱਥੇ ਸੰਘਣਾ ਲਾਈਕ ਇੱਕ ਦਰਖਤ ਹੋਣਗੇ, ਸੰਗਰੀ ਫੋਰੈਸਟੇਸ਼ਨ ਹੋਊਗੀ ਜਿਹਦੇ ਵਿੱਚ ਜੰਗਲਾਂ ਨੂੰ ਤੇਜ਼ੀ ਨਾਲ ਵਧਾਉਣ ਦਾ ਕੰਸੈਪਟ ਹੋਊਗਾ, ਜ਼ਮੀਨੀ ਪਾਣੀ ਦੀ ਸੰਭਾਲ ਹੋਊਗੀ, ਹਵਾ ਦੀ ਸੰਭਾਲ ਹੋਊਗੀ, ਮਿੱਟੀ ਦੀ ਸੰਭਾਲ ਹੋਊਗੀ, ਸਾਰਾ ਕੁਛ ਹੋਊਗਾ। ਸੋ ਇਸ ਕਿਸ ਰਿਲੇਟਡ ਹੋਊਗਾ, ਮਿਆਵਾਕੀ ਪਲਾਂਟੇਸ਼ਨ ਰਿਲੇਟਡ, ਠੀਕ ਹੈ। ਇਹ NHAI ਨੇ ਸਹੁੰ ਹੀ ਖਾ ਲਈ। 53 ਏਕੜ ਦੀ ਲੈਂਡ ਦੇ ਵਿੱਚ ਦਿੱਲੀ NCR, ਦਵਾਰਕਾ ਐਕਸਪ੍ਰੈ ਪ੍ਰੈਸ ਜਾਂ ਫਿਰ ਦਿੱਲੀ ਮੁੰਬਈ ਐਕਸਪ੍ਰੈਸਵੇ, ਠੀਕ ਹੈ। ਸੋ ਇਹ 3 ਜਗ੍ਹਾ ਦੇ ਉੱਤੇ ਇਹ ਕੰਮ ਕਰਨ ਵਾਲੇ ਨੇ, ਤਾਂ ਆਪਾਂ ਨੂੰ ਵੀ ਸਭ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ। ਚਲੋ ਸਰਕਾਰ ਕਰ ਰਹੀ ਹੈ, ਬਹੁਤ ਅੱਛੀ ਗੱਲ ਹੈ। NHAI ਇਹ ਡਿਪਾਰਟਮੈਂਟ ਹੈ ਜਿਹੜਾ ਉਹ ਇਨੀਸ਼ੀਏਟਿਵ ਲੈ ਰਿਹਾ। US ਅਤੇ ਇੰਡੀਆ ਨੇ ਲਾਂਚ ਕੀਤਾ ਨਾਸਾ ਇਸਰੋ ਸਿੰਥੈਟਿਕ ਅਪਰਚਰ ਰੇਡਾਰ ਟੂ ਕੰਬਾਟ ਦਾ ਕਲਾਈਮੇਟ ਕਲਾਈਮੇਟ ਚੇਂਜ। ਸੋ ਕਲਾਈਮੇਟ ਚੇਂਜ ਵਾਸਤੇ ਜੋ ਦੇਖ ਰਹੇ ਹਾਂ ਆਪਾਂ ਸਾਰੇ ਪਾਸੇ ਕਲਾਈਮੇਟ ਚੇਂਜ ਹੋ ਰਿਹਾ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇੰਡੀਆ ਅਤੇ ਅਮਰੀਕਾ ਨੇ ਜੀ ਇੱਕ ਚੀਜ਼ ਲਾਂਚ ਕੀਤੀ ਹੈ, ਨਾਸਾ ਇਸਰੋ ਸਿੰਥੈਟਿਕ ਅਪਰਚਰ ਰਡਾਰ। ਸੋ ਇਹ ਰਡਾਰ ਕੀ ਕਰਿਆ ਕਰੂਗਾ, ਇਹ ਰਡਾਰ ਦੇਖਿਆ ਕਰੂਗਾ ਜੀ ਥੋੜ੍ਹਾ ਜਿਹਾ ਕਲਾਈਮੇਟ ਨੂੰ ਵੀ ਕੀ ਹੋ ਰਿਹਾ ਜੀ ਆਲੇ ਦੁਆਲੇ। ਸੋ ਉਸ ਚੀਜ਼ ਨੂੰ ਇਹ ਕਵਰ ਕਰਨਗੇ, ਸਹੀ ਕਰਨਗੇ, ਓਬਜ਼ਰਵ ਕਰਨਗੇ, ਕੋਈ ਪ੍ਰੋਬਲਮ ਹੋਇਆ ਕਰੂਗੀ ਉਹਨੂੰ ਫੇਸ ਕਰਨਗੇ ਅਤੇ ਉਹਦੇ ਚੈਲੇਂਜਸ ਜਿਹੜੇ ਵੀ ਹੋਇਆ ਕਰਨਗੇ ਉਹਦੇ ਲਈ ਇਹ ਪਹਿਲਾਂ ਹੀ ਤਿਆਰ ਰਹਿਣਗੇ। ਤਾਂ ਕਹਿਣ ਦਾ ਮਤਲਬ ਜੀ ਇੰਡੀਆ ਅਤੇ US ਨੇ ਵੀ ਹੁਣ ਸੌਂਹ ਖਾ ਲਈ ਹੈ ਨਾਸਾ ਅਤੇ ਇਸਰੋ ਨੇ। ਨਾਸਾ ਕੌਣ ਹੈ ਜੀ US ਦਾ, ਇਸਰੋ ਕੌਣ ਹੈ ਜੀ ਇੰਡੀਆ ਦਾ। ਇਹਨਾਂ ਨੇ ਇੱਕ ਰਡਾਰ ਤਿਆਰ ਕਰਿਆ ਹੈ ਜੋ ਕਿ ਕਲਾਈਮੇਟ ਚੇਂਜ ਅਤੇ ਅਦਰ ਗਲੋਬਲ ਚੇਂਜਲਿਸ ਨੂੰ ਕੀ ਕਰੂਗਾ ਜੀ, ਉਹਦੇ ਵਾਸਤੇ ਆਪਾਂ ਪ੍ਰਪੇਅਰ ਹੋਵਾਂਗੇ, ਠੀਕ ਹੈ। ਅਨਾਊਂਸ ਦਾ ਵਾਈਟ ਹਾਊਸ ਐਜ਼ ਅ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੈਕ ਸੁਲੀਵਨ ਇਜ਼ ਦਾ, ਕਿਉਂਕਿ ਉਹ ਜਿਹੜੇ ਸੀਗੇ ਜੀ ਜੈਕ ਸੁਲੀਵਨ ਇਹ ਐਡਵਾਈਜ਼ਰ ਨੇ, ਸਿਕਿਉਰਿਟੀ ਐਡਵਾਈਜ਼ਰ ਵਾਈਟ ਹਾਊਸ ਦੇ, ਅਤੇ ਇਹ ਨਿਊ ਦਿੱਲੀ ਦੇ ਵਿੱਚ ਆਏ ਸੀਗੇ 2 ਦਿਨ ਦੇ ਦੌਰੇ ਦੇ ਉੱਤੇ, ਜਿਹਦੇ ਵਿੱਚ ਦੇਖਣ ਨੂੰ ਮਿਲਿਆ ਕਿ ਇਹਨਾਂ ਦੀ ਦੋਸਤੀ ਹੈ ਜਿਹੜੀ ਉਹ ਵੱਧ ਰਹੀ ਹੈ ਇਸ ਰਿਲੇਟਡ, ਠੀਕ ਹੈ, ਕਲਾਈਮੇਟ ਚੇਂਜ ਨੂੰ। ਸੋ ਵੱਡੇ ਸ਼ਹਿਰ ਨੇ ਜਿਹੜੇ, ਵੱਡੇ ਦੇਸ਼ ਨੇ ਉਹ ਵੱਡੀਆਂ ਗੱਲਾਂ ਹੁੰਦੀਆਂ ਉਹਨਾਂ ਦੀਆਂ, ਉਹਨਾਂ ਦੀ ਛੋਟੀਆਂ ਗੱਲਾਂ ਨਹੀਂ ਹੁੰਦੀਆਂ। ਸੋ ਅਨੁਰਾਗ ਬੱਤਰਾ ਸਾਹਿਬ ਜੀ ਦਾ ਆ ਗਿਆ ਨਾਮ, ਡਾਕਟਰ ਅਨੁਰਾਗ ਬੱਤਰਾ ਜੀ ਇੰਟਰਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਦੇ ਕੀ ਬਣੇ ਗਏ ਨੇ, ਮੈਂਬਰ ਬਣੇ ਗਏ ਨੇ, ਠੀਕ ਹੈ। ਸੋ ਮੈਂਬਰ ਚੇਅਰਮੈਨ ਬਣਾਇਆ ਗਿਆ ਜੀ BW ਬਿਜ਼ਨਸ ਵਰਲਡ ਦੇ ਜਿਹੜੇ ਚੇਅਰਮੈਨ ਨੇ, ਸੋਰੀ ਡਾਕਟਰ ਅਨੁਰਾਗ ਜੀ, ਉਹਨਾਂ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਇੰਟਰਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸ ਦੇ, ਠੀਕ ਹੈ। ਸੋ ਇਹਦੇ ਫਾਊਂਡਰ ਕੌਣ ਨੇ ਜੀ ਇਸ ਜਗ੍ਹਾ ਦੇ, ਇਹ ਮੀਡੀਆ ਅਤੇ ਟੈਲੀਵਿਜ਼ਨ ਰਿਲੇਟਡ ਹੈ, ਇੱਕ ਆਰਗੇਨਾਈਜੇਸ਼ਨ ਹੈ ਜਿਹਦੇ ਫਾਊਂਡਰ ਕੌਣ ਨੇ, ਰਲਫ ਬ੍ਰੌਚ ਨੇ, ਅਤੇ ਫਾਊਂਡਡ 1969 ਦੇ ਵਿੱਚ ਨਿਊਯਾਰਕ ਦੇ ਵਿੱਚ ਹੈੱਡਕੁਆਰਟਰ, ਅਤੇ ਪ੍ਰੈਜ਼ੀਡੈਂਟ ਸਾਹਿਬ ਕੌਣ ਨੇ, ਬਰੂਸ ਲੈ ਐਲ ਪੈਸਨਰ, ਠੀਕ ਹੈ, CEO ਐਂਡ ਪ੍ਰੈਜ਼ੀਡੈਂਟ।
ਕਲੀਅਰ ਹੋ ਗਈ ਪੁਆਇੰਟ ਗੱਲ? ਚਲੋ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਮਲਟੀਪਲ ਚੋਇਸ ਕੁਐਸਚਨ ਹਮੇਸ਼ਾ ਦੀ ਤਰ੍ਹਾਂ ਐਮ ਸੀ ਕਿਊ ਤੁਹਾਡੇ ਸਾਰਿਆਂ ਵਾਸਤੇ। ਡਿਜੀਟਲ ਹੈਲਥ ਇਨਸੈਂਟਿਵ ਸਕੀਮ, ਡਿਜੀਟਲ ਹੈਲਥ ਇਨਸੈਂਟਿਵ ਸਕੀਮ ਹੈ ਜਿਹੜੀ ਉਹ ਰੀਸੈਂਟਲੀ ਨਿਊਜ਼ ਦੇ ਵਿੱਚ ਲਾਂਚ ਹੋਈ ਹੈ। ਕਿਹੜਾ ਇਨੀਸ਼ੀਏਟਿਵ ਲਿਆ ਗਿਆ, ਕਿਸ ਇਨੀਸ਼ੀਏਟਿਵ ਦੇ ਅੰਡਰ ਲਾਂਚ ਹੋਈ ਹੈ? ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ, ਸੀ ਇਜ਼ ਦਾ ਰਾਈਟ ਆਂਸਰ ਹੋਜੂਗਾ। ਸੈਂਟਰਲ ਗੌਰਮੈਂਟ ਨੇ ਇੱਕ ਹੈਲਥ ਇਨੀਸ਼ੀਏਟਿਵ ਸਕੀਮ ਹੈ ਜਿਹੜੀ ਉਹ ਸਟਾਰਟ ਕੀਤੀ ਸੀ ਡਿਜੀਟਲੀ, ਜਿਹਦੇ ਵਿੱਚ ਇਹ ਪਤਾ ਲੱਗਿਆ ਕਰੂਗਾ ਕਿ ਕੋਈ ਵੀ ਰਿਕਾਰਡਸ ਨੇ, ਪੇਸ਼ੈਂਟਸ ਦੇ ਰਿਕਾਰਡਸ ਉਸ 'ਚ ਜਮ੍ਹਾਂ ਹੋਣਗੇ ਸਾਰੇ ਦੇ ਸਾਰੇ। 1 ਜਨਵਰੀ 2023 ਤੋਂ ਜਦੋਂ ਮੈਂ ਆਪਾਂ ਕਰੰਟ ਅਫੇਅਰ ਕੀਤਾ ਸੀ ਜਨਵਰੀ ਦੇ ਵਿੱਚ, ਤੁਸੀਂ ਯਾਦ ਕਰ ਸਕਦੇ ਹੋ ਅਗਰ ਕੋਈ ਬੱਚਾ ਜਨਵਰੀ ਤੋਂ ਕਰ ਰਿਹਾ ਕਰੰਟ ਅਫੇਅਰ, ਤਾਂ ਉਹਦੇ ਵਿੱਚ 1 ਜਨਵਰੀ ਤੋਂ ਲਾਂਚ ਕਰਵਾਇਆ ਗਿਆ ਸੀ। ਇਹ ਵੀ ਮੈਂ ਦੱਸਿਆ ਸੀ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਹੈ ਜਿਹੜਾ, ਉਹਦੇ ਤਹਿਤ ਇਹ ਸਕੀਮ ਨੂੰ ਲਾਂਚ ਕੀਤਾ ਗਿਆ 2025 ਤੱਕ, ਜੂਨ 30 ਤੱਕ 2025 ਤੱਕ ਇਹ ਚੀਜ਼ ਨੂੰ ਲਾਈਕ ਪੂਰਾ ਕੀਤਾ ਜਾਊਗਾ ਕਿ ਜਿੰਨੇ ਵੀ ਰਿਕਾਰਡਸ ਨੇ, ਜਿੰਨੇ ਵੀ ਪੇਸ਼ੈਂਟਸ ਨੇ, ਉਹਨਾਂ ਦੀ ਹੈਲਥ ਰਿਕਾਰਡ ਉਸ 'ਚ ਜਮ੍ਹਾਂ ਹੋਣ, ਠੀਕ ਹੈ, ਸਾਡੇ ਕੋਲ ਹੋਣ, ਤਾਂ ਸਾਡੀਆਂ ਸਰਕਾਰਾਂ ਕੋਲ, ਸਾਡੇ ਡਿਪਾਰਟਮੈਂਟਸ ਕੋਲ। ਵਟ ਇਜ਼ ਦਾ ਮੇਨ ਓਬਜੈਕਟਿਵ ਆਫ SDG 7 ਜਿਹੜਾ ਹੈ, ਸਸਟੇਨੇਬਲ ਡਿਵੈਲਪਮੈਂਟ ਗੋਲ 7th, ਜਿਹਦਾ ਮਤਲਬ ਕੀ ਹੈ, ਜਿਹਦਾ ਮੁੱਖ ਉਦੇਸ਼ ਕੀ ਹੈ? ਸੋ ਆਂਸਰ ਆਜੂਗਾ ਸੀ, ਇਨਸ਼ੋਰ ਅਸੈਸ ਟੂ ਅਫੋਰਡੇਬਲ ਰਿਲਾਇਬਲ ਸਕਸੈਸ ਸਸਟੇਨੇਬਲ ਮਾਡਲ ਐਨਰਜੀ ਫੋਰ ਆਲ। ਸੋ ਕਹਿਣ ਦਾ ਮਤਲਬ ਇਹੋ ਜਿਹੀ ਐਨਰਜੀ ਜਿਹੜੀ ਸਾਰੇ ਵਾਸਤੇ ਅਫੋਰਡੇਬਲ ਹੋਵੇ, ਸਾਰਿਆਂ ਵਾਸਤੇ ਰਿਲਾਇਬਲ ਹੋਵੇ, ਹਰੇਕ ਬੰਦਾ ਉਹਨੂੰ ਅਫੋਰਡ ਕਰ ਸਕੇ, ਖਰੀਦ ਸਕੇ, ਤਾਂ ਇਹੋ ਜਿਹੀ ਐਨਰਜੀ ਹੈ ਜਿਹੜੀ ਚੀਪੈਸਟ ਹੋਊਗੀ ਉਹ ਸਾਰਿਆਂ ਵਾਸਤੇ ਆਪਾਂ ਪ੍ਰੋਵਾਈਡ ਕਰਾਂਗੇ। ਇਸ ਬਾਰ ਦੇ SDG 7 ਦੇ ਇਹ ਕੀ ਨੇ ਏਮਸ ਨੇ। ਸੋ ਕੁਸ਼ਚਨ ਆਫ ਦਾ ਡੇ ਤੁਹਾਡੇ ਸਾਰਿਆਂ ਵਾਸਤੇ ਕੀ ਹੈ ਜੀ? ਵਟ ਇਜ਼ ਅ ਪਲੈਨਟ 9? ਪਲੈਨਟ 9 ਜੋ ਰੀਸੈਂਟਲੀ ਨਿਊਜ਼ ਦੇ ਵਿੱਚ ਦੇਖਿਆ ਗਿਆ ਕੀ ਹੈ ਜੀ? ਤੁਸੀਂ ਸਾਰਿਆਂ ਨੇ ਇਹਦਾ ਆਂਸਰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ। ਸੋ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਕਲਾਸ ਵਧੀਆ ਲੱਗੀ ਹੈ, ਇੰਟਰਸਟਿੰਗ ਲੱਗੀ ਹੈ, ਕੁਸ਼ਚਨ ਅੱਛੇ ਸੀ, ਯਾਦ ਕਰ ਲਓ, ਬਹੁਤ ਤੁਹਾਡੇ ਲਈ ਫਾਇਦੇਮੰਦ ਹੋਣਗੇ। ਅਤੇ ਜਿਹੜੇ ਬੱਚੇ ਚੈਨਲ 'ਤੇ ਪਹਿਲੀ ਵਾਰੀ ਆਏ ਨੇ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਅਤੇ ਕਮੈਂਟ ਸੈਕਸ਼ਨ 'ਚ ਆਂਸਰ ਦੇਣਾ ਨਾ ਭੁੱਲਿਓ। ਥੈਂਕ ਯੂ ਸੋ ਮਚ ਗਾਇਜ਼, ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓਜ਼।